ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਸਾਡੇ ਤੁਸੀਂ ਦੇਖਦੇ ਹੋ ਜੀ, ਸਾਰੇ ਟੀਮ ਮੈਂਬਰ ਖੜ੍ਹੇ ਆ ਜੀ, ਅਤੇ ਅਸੀਂ ਬਾਬਾ ਜੀ ਨੂੰ ਸੰਸਥਾ 'ਤੇ ਲੈ ਕੇ ਆਏ ਹਾਂ ਜੀ ਆਪਣੀ 'ਤੇ, ਅਤੇ ਬਾਬਾ ਜੀ ਨੂੰ ਹੁਣ ਇਸ਼ਨਾਨ ਕਰਾਉਣ ਲੱਗੇ ਸੀਗੇ ਜੀ ਅਸੀਂ, ਅਤੇ ਅਸੀਂ ਇਸ਼ਨਾਨ ਕਰਾ ਕੇ ਵੈਸੇ ਨਵਾ ਧਵਾ ਕੇ ਲਾਈਵ ਹੋਣਾ ਸੀਗਾ, ਪਰ ਇੱਕ ਬੜੀ ਯਾਨੀ ਕਿ ਹੈਰਾਨੀ ਵਾਲੀ ਗੱਲ ਸਾਡੇ ਸਾਹਮਣੇ ਆਈ ਹੈ ਜੀ। ਆਹ ਤੁਸੀਂ ਬਾਬਾ ਜੀ ਦੇ ਕੱਪੜੇ ਦੇਖੋ ਜੀ, ਆਹ ਵਿੱਚੋਂ ਚੰਮ ਜੂਆਂ ਨਾਲ ਭਰਿਆ ਪਿਆ ਜੀ ਵਿੱਚੋਂ, ਦੇਖੋ ਤੁਸੀਂ ਦੇਖ ਸਕਦੇ ਹੋ। ਆਹ ਦੇਖੋ ਜੀ ਆਉਂਦੀਆਂ, ਆਹ ਦੇਖੋ ਕਿਵੇਂ, ਇੱਕ ਮਿੰਟ ਰੋਕ ਕੇ ਰੱਖ ਲਾਓ ਨਾ। ਆਹ ਤੁਸੀਂ ਦੇਖ ਸਕਦੇ ਹੋ ਜੀ ਕਿਵੇਂ, ਦੇਖੋ ਤੋੜੀ ਰਹੀਆਂ ਸਿਰ ਦੇ ਵਿੱਚ ਬਾਬਾ ਜੀ ਦੇ, ਪੂਰੇ ਸਰੀਰ ਦੇ ਉੱਪਰ ਲੱਖਾਂ ਕਰੋੜਾਂ ਹੀ, ਦੇਖੋ ਆਹ ਦੇਖੋ ਲੱਖਾਂ ਕਰੋੜਾਂ ਜੀ। ਵਾਹਿਗੁਰੂ 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 ਵਾਹਿਗੁਰੂ। ਤੁਸੀਂ ਦੇਖ ਸਕਦੇ ਹੋ ਜੀ ਅਸੀਂ ਕੱਪੜੇ ਉਤਾਰਨ ਲੱਗੇ ਸੀ, ਜਦੋਂ ਬਾਬਾ ਜੀ ਦੇ ਕੱਪੜੇ ਉਤਾਰੇ ਕੱਪੜੇ ਲਾ ਰਹੇ ਜੀ ਅਸੀਂ, ਤੇ ਅਸੀਂ ਇੰਨਾ ਮਾੜਾ ਹਾਲ ਨਹੀਂ ਦੇਖਿਆ ਸੀਗਾ ਜੀ ਅੱਜ ਤੱਕ ਕਿਸੇ ਇਨਸਾਨ ਦਾ ਜੀ। ਇਨਸਾਨੀਅਤ ਇੰਨੀ ਜ਼ਿਆਦਾ ਗਿਰ ਗਈ ਜੀ, ਇੰਨੀ ਜ਼ਿਆਦਾ ਖਤਮ ਹੋ ਗਈ। ਆਹ ਤੁਸੀਂ ਬਾਬਾ ਜੀ ਦੇ ਕੱਪੜੇ ਅੰਦਰੋਂ ਦੇਖੋ ਜੀ ਬਾਈ, ਜੂਆਂ ਨਹੀਂ ਚੰਮ ਜੂਆਂ ਜਿਹੜੀਆਂ ਹੁੰਦੀਆਂ ਨਾ, ਦੇਖੋ ਆਹ ਦੇਖੋ ਬਾਬਾ ਜੀ ਦੇ ਸਾਰੇ ਸਰੀਰ ਦੇ ਉੱਤੇ ਲੱਖਾਂ ਦੀ ਤਾਦਾਦ 'ਚ ਕਰੋੜਾਂ ਨਹੀਂ, ਪਵਾ ਲਓ ਬਾਬਾ ਜੀ ਪਿੱਛੇ ਲੰਬਾ ਪਾਇਓ ਮਾੜੇ, ਦੇਖ ਸਕਦੇ ਹੋ ਤੁਸੀਂ ਲੱਖਾਂ ਕਰੋੜਾਂ ਜੀ ਆ ਜਿਹੜੇ ਬਾਬਾ ਜੀ ਦਾ ਖੂਨ ਪੀ ਰਹੇ ਆ। ਅਤੇ ਇੱਕ ਹੋਰ ਸਾਨੂੰ ਅਚੰਭੇ ਵਾਲੀ ਗੱਲ ਪਤਾ ਲੱਗੀ ਸੀ ਉੱਥੇ ਜੀ, ਜਦੋਂ ਅਸੀਂ ਬਾਬਾ ਜੀ ਨੂੰ ਲੈ ਕੇ ਆਏ ਹਾਂ ਗੱਡੀ ਦੇ ਵਿੱਚ, ਤਾਂ ਉੱਥੇ ਕੋਲੇ ਇੱਕ ਚਾਹ ਵਾਲੀ ਰੇਹੜੀ ਲੱਗੀ ਹੋਈ ਸੀ ਜੀ, ਤਾਂ ਅਸੀਂ ਉਹ ਚਾਹ ਵਾਲੀ ਆਂਟੀ ਜੀ ਸੀਗੇ ਜਿਹੜੇ, ਉਹਨਾਂ ਨੂੰ ਪੁੱਛਿਆ ਵੀ ਬਾਬਾ ਜੀ ਕਿੰਨੇ ਦਿਨਾਂ ਤੋਂ ਇੱਥੇ ਆ, ਤਾਂ ਉਹਨਾਂ ਨੇ ਦੱਸਿਆ ਵੀ 6-7 ਦਿਨਾਂ ਤੋਂ ਹੀ ਇੱਥੇ ਆਏ ਆ ਬਾਬਾ ਜੀ। ਇਹਨਾਂ ਨੂੰ ਰਾਤ ਦੇ ਹਨੇਰੇ 'ਚ ਕੋਈ ਛੱਡ ਕੇ ਗਿਆ ਬਾਬਾ ਜੀ ਨੂੰ, ਅਤੇ ਕੋਈ ਲਾਹ ਕੇ ਭੱਜ ਗਿਆ ਬਾਬਾ ਜੀ ਨੂੰ ਰਾਤ ਨੂੰ। ਉਹ ਕਹਿੰਦੇ ਜਦੋਂ ਰਾਤ ਨੂੰ ਅਸੀਂ ਦੁਕਾਨ ਬੰਦ ਕੀਤੀ ਉਦੋਂ ਬਾਬਾ ਜੀ ਹੈ ਨਹੀਂ ਸੀ, ਅਤੇ ਜਦੋਂ ਸਵੇਰਿਓਂ ਅਸੀਂ ਆ ਕੇ ਦੁਕਾਨ ਖੋਲ੍ਹੀ ਤਾਂ ਬਾਬਾ ਜੀ ਇੱਥੇ ਪਏ ਸੀਗੇ। ਅਤੇ ਆਹ ਤੁਸੀਂ ਦੇਖੋ ਕਿੱਡੀ ਹੈਰਾਨੀ ਦੀ ਗੱਲ ਆ ਵੀ ਇਹਦੇ ਬਾਬਾ ਜੀ ਦੇ ਬੱਚੇ ਲਾਹ ਕੇ ਗਏ ਆ, ਜਾਂ ਬਾਬਾ ਜੀ ਦੇ ਕੋਈ ਪਰਿਵਾਰਕ ਮੈਂਬਰ ਲਾਹ ਕੇ ਗਏ ਆ, ਜਾਂ ਕੋਈ ਬਾਬਾ ਜੀ ਦੇ ਆਂਢੀ ਗੁਆਂਢੀ ਜਾਂ ਕੌਣ, ਮੈਨੂੰ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸਾਡੀ ਸੰਸਥਾ ਨੂੰ। ਪਰ ਦੇਖੋ ਕੀ ਆ ਹਾਲਾਤ, ਇਹ ਇਨਸਾਨ ਇਸ ਤੋਂ ਅੱਗੇ ਕੀ ਹੋ ਜੂ ਇਨਸਾਨ ਨਾ ਜੀ। ਆਪਾਂ ਤੁਹਾਨੂੰ ਅਸੀਂ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਵੀਡੀਓ 'ਚ ਵੀ ਸਮੈਲ ਬਾਬਾ ਜੀ ਦੇ ਕੋਲੋਂ ਕਾਫੀ ਜ਼ਿਆਦਾ ਆ ਰਹੀ ਹੈ, ਵੀ ਸਾਨੂੰ ਇੱਦਾਂ ਲੱਗ ਰਿਹਾ ਜਿਵੇਂ ਕੋਈ ਹੋਰ ਕੋਈ ਚੀਜ਼ ਹੋਵੇ, ਪਰ ਆਹ ਤਾਂ ਸਾਡੀ ਹੈਰਾਨੀ ਦੀ ਹੱਦ ਨਹੀਂ ਰਹੀ ਜੀ। ਜਦੋਂ ਅਸੀਂ ਆਹ ਦੇਖੀਆਂ ਐਡੀਆਂ ਐਡੀਆਂ ਮੋਟੀਆਂ ਮੋਟੀਆਂ ਜੂਆਂ, ਪਿੱਸੂ, ਚਿੱਚੜ, ਵਾਹਿਗੁਰੂ, ਲੱਖਾਂ ਦੀ ਤਾਦਾਦ ਦੇ ਵਿੱਚ ਬਾਬਾ ਜੀ ਦੇ ਸਰੀਰ ਨੂੰ ਚੁੰਬੜੇ ਹੋਏ ਆ ਜੀ, ਅਤੇ ਜਿਹੜੇ ਕਿ ਬਾਬਾ ਜੀ ਨੂੰ ਖਾਈ ਜਾ ਰਹੇ ਆ, ਖੂਨ ਪੀ ਜਾ ਰਿਹਾ ਬਾਬਾ ਜੀ ਦੇ ਸਰੀਰ ਦੇ ਉੱਤੇ। ਆ ਦੇਖੋ ਛੋਟੇ ਛੋਟੇ ਜਾਖਾਵਾਂ ਜਿਹੜੇ ਖੂਨ ਪੀਂਦੇ ਆ ਉਹ ਬਾਬਾ ਜੀ ਦਾ, ਅਤੇ ਯਾਨੀ ਕਿ ਜੀ ਇਹਦੇ ਵਾਸਤੇ ਕੋਈ ਲਫ਼ਜ਼ ਨਹੀਂ ਹੈਗੇ। ਸਾਡੀ ਟੀਮ ਨੇ ਵੀ ਅੱਜ ਤੱਕਰ ਇੱਦਾਂ ਦਾ ਕੁਛ ਦੇਖਿਆ ਨਹੀਂ ਗਾ ਜੀ। ਬੜੀਆਂ ਹੈਰਾਨੀਜਨਕ ਗੱਲਾਂ ਦੇਖੀਆਂ ਸੀ, ਸਿਰ 'ਚ ਕੀੜੇ ਪਏ, ਹੱਥਾਂ 'ਚ, ਲੱਤਾਂ 'ਚ, ਪੈਰਾਂ 'ਚ, ਪਰ ਜਿਹੜੀ ਆਹ ਚੀਜ਼ ਆ ਜੀ ਵੀ ਲੱਖਾਂ ਹੀ ਜੀ ਇੱਕ ਇਨਸਾਨ ਨੂੰ ਖਾ ਰਹੇ ਆ ਲੱਗੇ ਹੋਏ ਉਹਦੇ ਸਰੀਰ ਨੂੰ ਘੁਣੇ ਦੇ ਵਾਂਗ। ਆਹ ਦੇਖੋ ਵਾਹਿਗੁਰੂ ਵਾਹਿਗੁਰੂ, ਦੇਖੋ ਜੀ ਵਾਹਿਗੁਰੂ, ਦੇਖੋ ਜੀ ਕਿੰਨੇ ਚਿਰ ਤੋਂ ਬਾਬਾ ਜੀ ਇਹ ਹਾਲ 'ਚ ਪਏ ਹੋਣਗੇ। ਆ ਸਾਡੇ ਕੱਪੜਿਆਂ ਦੇ ਸਾਰਿਆਂ ਦੇ ਟੀਮ ਮੈਂਬਰਾਂ ਦੇ ਕੱਪੜਿਆਂ 'ਤੇ ਚੜ੍ਹ ਗਿਆ ਜੀ, ਅਤੇ ਕਿੰਨੇ ਚਿਰ ਤੋਂ ਬਾਬਾ ਜੀ ਇਹ ਪਏ ਹੋਣਗੇ ਇਸ ਹਾਲਤ 'ਚ ਸਾਨੂੰ ਪਤਾ ਨਹੀਂ ਜੀ, ਕੋਈ ਆਈਡੀਆ ਨਹੀਂ, ਕਿਉਂਕਿ ਇਹ ਲੱਗਦਾ ਇੱਦਾਂ ਵੀ ਕਾਫੀ ਸਾਲਾਂ ਤੋਂ ਹੀ ਇੱਦਾਂ ਪਏ ਆ।
ਕਿਉਂਕਿ ਸਰੀਰ ਦੇ ਉੱਤੋਂ ਪਤਾ ਲੱਗਦਾ ਬਾਬੇ ਦੇ ਤੇ ਆਹ ਜਿਹੜੀਆਂ ਇੰਨੇ ਚਿੱਚੜ ਚੁੰਬੜੇ ਆ ਵੀ ਇਹ ਘੱਟੋ ਘੱਟ ਸਾਲ ਡੇਢ ਸਾਲ ਦਾ ਘੱਟੋ ਘੱਟ ਹੈਗਾ ਜੀ ਇਹ ਇੰਨੇ ਚਿਰ ਦੇ ਵਿੱਚ ਹੋ ਸਕਦੇ ਆ ਸਾਲ ਦੋ ਸਾਲਾਂ ਤੋਂ ਕਿੰਨੇ ਸਾਲਾਂ ਤੋਂ ਬਾਬਾ ਜੀ ਪਏ ਆ ਤੇ ਕੌਣ ਬਾਬਾ ਜੀ ਨੂੰ ਉੱਥੇ ਛੱਡ ਕੇ ਗਿਆ ਸਿੱਟ ਕੇ ਗਿਆ ਬਾਬਾ ਜੀ ਨੂੰ ਤੇ ਇਹ ਤੁਸੀਂ ਦੇਖ ਸਕਦੇ ਹੋ ਜੀ ਆਹ ਦੇਖੋ ਬਾਬਾ ਜੀ ਯਾਨੀ ਕਿ ਤੜਫ ਰਹੇ ਆ ਜੀ ਕਿਉਂਕਿ ਇੰਨੇ ਜੀ ਇਹਨੂੰ ਖੂਨ ਪੀ ਰਿਹਾ ਬਾਬਾ ਜੀ ਦਾ ਆਹ ਦੇਖੋ ਮਰ ਚੁੱਕੇ ਆ ਜੀ ਕਈ ਤਾਂ ਕਈ ਆ ਜਿਉਂਦੇ ਆ ਦੇਖੋ ਇੱਕ ਮਿੰਟ ਜਿਉਂਦੇ ਆ ਮਰੇ ਨਹੀਂ ਹੋਏ ਸੋਰੀ ਕਿਉਂਕਿ ਜੁੜੇ ਬੈਠੇ ਆ ਜੀ ਦੇਖੋ ਦੇਖੋ ਇਹ ਜਿਉਂਦੇ ਆ ਜੀ ਤੇ ਆ ਲੱਖਾਂ ਹੀ ਜੀ ਆ ਜਿਹੜੇ ਬਾਬਾ ਜੀ ਦੇ ਸਰੀਰ ਨੂੰ ਚੁੰਬੜੇ ਹੋਏ ਆ ਕੀੜੇ ਇਹ ਅਸਲ ਦੇ ਵਿੱਚ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਕਿਹਾ ਇਹ ਗੱਲ ਵੀ ਇਹ ਕੀੜੇ ਬਾਬਾ ਜੀ ਨਹੀਂ ਪਏ ਹੋਏ ਜੀ ਇਹ ਅੱਜ ਕੱਲ੍ਹ ਦੇ ਇਨਸਾਨ ਦੇ ਇਨਸਾਨੀਅਤ ਦੇ ਵਿੱਚ ਪਏ ਹੋਏ ਕੀੜੇ ਆ ਜੀ ਅੱਜ ਕੱਲ੍ਹ ਜਿਹੜਾ ਲੋਕ ਪੈਸੇ ਦੇ ਪਿੱਛੇ ਇੰਨੀ ਦੌੜ ਦੇ ਵਿੱਚ ਪੈਸੇ ਦੇ 'ਚ ਲੱਗੇ ਹੋਏ ਆ ਲੋਕ ਉਹਦੇ 'ਚ ਪਏ ਹੋਏ ਇਹ ਹੈਗੀਆਂ ਜੀ ਆਹ ਪਿੱਸੂ ਤੁਸੀਂ ਦੇਖੋ ਲੱਖਾਂ ਹੀ ਆਹ ਦੇਖੋ ਅਸੀਂ ਦੱਸ ਨਹੀਂ ਸਕਦੇ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦੇ ਆਹ ਇੰਨੇ ਬਰੀਕ ਬਰੀਕ ਆ ਦੇਖੋ ਅੱਗੇ ਬਾਬਾ ਜੀ ਦੇ ਸ਼ਰਟ ਅਸੀਂ ਪਾੜਤੀ ਅੱਧਾ ਹਿੱਸਾ ਜੇ ਬਾਬਾ ਜੀ ਦੇ ਥੱਲੇ ਆ ਆਹ ਦੇਖੋ ਇਸ ਤੋਂ ਵੱਧ ਕੀ ਹੋਜੂ ਜੀ ਇਨਸਾਨ ਇਸ ਤੋਂ ਵੱਧ ਮੈਨੂੰ ਨਹੀਂ ਲੱਗਦਾ ਗਿਰ ਸਕਦਾ ਜੀ ਇਨਸਾਨੀਅਤ ਮੈਂ ਇਸ ਤੋਂ ਵੱਧ ਗਿਰ ਨਹੀਂ ਸਕਦੀ ਜੀ ਜਿੰਨੀ ਹੁਣ ਗਿਰ ਚੁੱਕੀ ਹੈ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਅਤੇ ਬਾਬਾ ਜੀ ਅਤੇ ਅਸੀਂ ਇਹਨਾਂ ਨੂੰ ਬਾਬਾ ਜੀ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਸਾਡੀ ਟੀਮ ਪੂਰੀ ਤਨਦੇਹੀ ਨਾਲ ਇਹਨਾਂ ਦੀ ਸੇਵਾ ਕਰੂਗੀ ਬਾਬਾ ਜੀ ਦੀ ਸੱਚੇ ਪਾਤਸ਼ਾਹ ਸਾਡਾਂ ਸੇਵਾ ਲੈਣ ਇਹਨਾਂ ਦੀ ਅਤੇ ਬਾਬਾ ਜੀ ਕਾਇਮ ਹੋ ਸਕਣ ਅਸੀਂ ਦਿਖਾ ਸਕੀਏ ਇਨਸਾਨੀਅਤ ਦੇ ਮੂੰਹ 'ਤੇ ਚਪੇੜ ਮਾਰ ਸਕੀਏ ਵੀ ਇਨਸਾਨ ਨਾਲ ਆਹ ਹਾਲ ਕੀਤਾ ਅੱਜ ਦੇ ਯੁੱਗ ਦੇ ਵਿੱਚ ਮਸ਼ੀਨਰੀ ਯੁੱਗ ਲੋਕ ਕਹਿੰਦੇ ਹਰ ਚੀਜ਼ ਹਰ ਸਹੂਲਤਾਂ ਲੋਕਾਂ ਕੋਲ ਹਰ ਸਹਾਲ ਸਾਰੀਆਂ ਚੀਜ਼ਾਂ ਹੈਗੀਆਂ ਪਰ ਆਹ ਤੁਸੀਂ ਦੇਖ ਸਕਦੇ ਹੋ ਵੀ ਜੇ ਇੰਨੀਆਂ ਸਹੂਲਤਾਂ ਇੰਨਾ ਕੁਛ ਹੈਗਾ ਲੋਕ ਚੰਦ 'ਤੇ ਪਹੁੰਚ ਚੁੱਕਿਆ ਇਨਸਾਨ ਇਹ ਵਹਿਮ ਆ ਵੀ ਇਨਸਾਨ ਕਿਤੇ ਪਹੁੰਚ ਰਿਹਾ ਵਾ ਇਨਸਾਨ ਉੱਥੇ ਹੀ ਖੜ੍ਹਾ ਅਤੇ ਵਾਹਿਗੁਰੂ ਕਿਰਪਾ ਕਰਨ ਬਾਬਾ ਜੀ ਤਾਂ ਠੀਕ ਹੋ ਜਾਣ ਆ ਤੁਸੀਂ ਦੇਖੋ ਬਾਬਾ ਜੀ ਦੇ ਕੱਪੜੇ ਅਤੇ ਆ ਸਾਡੇ ਦੇਖੋ ਕੰਬਲਾਂ ਦੇ ਉੱਪਰ ਦੇਖੋ ਯਾਨੀ ਕਿ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਤੁਹਾਨੂੰ ਅਸੀਂ ਇਸ ਚੀਜ਼ ਨੂੰ ਅਸੀਂ ਆ ਦੇਖੋ ਤੁਹਾਡੇ ਸਾਹਮਣੇ ਇਹਨੂੰ ਅੱਗ ਲਾ ਰਹੇ ਜੀ ਅਗਨੀ ਭੇਟ ਕਰ ਰਹੇ ਦੇਖੋ ਇੰਨਾ ਜ਼ਿਆਦਾ ਗੰਦ ਆ ਇਹਦੇ ਵਿੱਚ ਇੰਨੇ ਜ਼ਿਆਦਾ ਜੀ ਆ ਲੱਖਾਂ ਦੀ ਤਾਦਾਦ ਦੇ ਵਿੱਚ ਹੈਗੇ ਆ ਜੀ ਉਹ ਅਤੇ ਬੜੀ ਮੰਦਭਾਗੀ ਗੱਲ ਆ ਜੀ ਇਹ ਅੱਜ ਦੇ ਇਨਸਾਨ ਇੰਨੇ ਜ਼ਿਆਦਾ ਬਿਜੀ ਹੋ ਗਏ ਆ ਵੀ ਆ ਬਾਬੇ ਨੂੰ ਕਈ ਸਾਲਾਂ ਤੋਂ ਪਿਆ ਦੇਖੋ ਲੈਟਰੀਨ ਬਾਥਰੂਮ ਵਿੱਚੇ ਹੀ ਨਿਕਲਿਆ ਬਾਬਾ ਜੀ ਦੇ ਅੰਦਰਲੇ ਕੱਪੜੇ ਆ ਜਿਹੜੇ ਅੰਦਰਲਾ ਸਿਸਟਮ ਸਾਰਾ ਗਲਿਆ ਪਿਆ ਜੀ ਬਸ ਸਪੀਚਲੈਸ ਹਾਂ ਜੀ ਇਸ ਤੋਂ ਅੱਗੇ ਅਸੀਂ ਕੁਛ ਨਹੀਂ ਕਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨੰਬਰ 97803 ਅਸੀਂ ਆਉਂਦੇ ਰਹਿੰਦੇ ਵੀ ਤੁਸੀਂ ਆਪਦਾ ਨੰਬਰ ਜ਼ਰੂਰ ਬੋਲਿਆ ਕਰੋ ਇਹ ਬਾਬਾ ਜੀ ਸਾਡੇ ਕੋਲ ਆ ਜੀ ਜੇ ਕੋਈ ਵੀਰ ਇਹਨਾਂ ਨੂੰ ਪਛਾਣਦਾ ਹੋਵੇ ਤਾਂ ਜ਼ਰੂਰ ਸੰਪਰਕ ਕਰੇ ਕਿਸੇ ਵੀ ਵੀਰ ਨੇ ਇਹਨੂੰ ਦੇਖਿਆ ਹੋਵੇ ਆਂਢ ਗੁਆਂਢ ਕਿਉਂਕਿ ਇਹਨਾਂ ਦੇ ਪਰਿਵਾਰ ਨੇ ਤਾਂ ਇਹਨਾਂ ਨੂੰ ਪਛਾਣਨਾ ਨਹੀਂ ਜੇ ਇਹਨਾਂ ਦਾ ਕੋਈ ਪਰਿਵਾਰ ਇਹਨਾਂ ਨੂੰ ਪਛਾਣਦਾ ਹੁੰਦਾ ਤਾਂ ਬਾਬਾ ਜੀ ਨਾਲ ਆਹ ਹਾਲ ਨਹੀਂ ਸੀ ਹੋਣੇ ਅਤੇ ਪਰ ਜੇ ਇਹਨਾਂ ਨੂੰ ਫਿਰ ਵੀ ਕੋਈ ਵੀਰ ਇਨਸਾਨੀਅਤ ਦੀ ਖਾਤਰ ਹੀ ਕੋਈ ਇਹਨਾਂ ਨੂੰ ਕਿਸੇ ਨੇ ਦੇਖਿਆ ਹੋਵੇ ਜਲੰਧਰ ਚੰਡੀਗੜ੍ਹ ਮੋਹਾਲੀ ਕਿੱਥੋਂ ਦੇ ਆ ਬਾਬਾ ਜੀ ਜਿਹਨਾਂ ਲੁਧਿਆਣੇ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।